ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ 8ਵੀਂ ਅਤੇ 12ਵੀਂ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ 12ਵੀਂ ਦੇ ਨਤੀਜ਼ਿਆਂ ਦੇ ਵਿੱਚ ਮੁੰਡਿਆਂ ਨੇ ਬਾਜ਼ੀ ਮਾਰੀ ਹੈ। ਕਮੈਂਟ ਕਰਕੇ ਵਧਾਈ ਦਿਓ। 12ਵੀਂ ਦੇ ਨਤੀਜ਼ਿਆਂ ਦੇ ਵਿੱਚ ਮੁੰਡੇ ਅੱਗੇ ਰਹੇ ਨੇ। ਇਸ ਵਾਰ ਕੁੜੀਆਂ ਨਹੀਂ ਆਈਆਂ, ਕਿਉਂਕਿ 10ਵੀਂ ਦੇ ਨਤੀਜ਼ਿਆਂ ਦੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਸੀ ਅਤੇ ਲੁਧਿਆਣੇ ਦੀ ਕੁੜੀ ਸੀ। ਅਤੇ ਹੈਰਾਨੀ ਵਾਲੀ ਗੱਲ ਇਹ ਹੈ, 12ਵੀਂ 'ਚ ਟੌਪ ਕਰਨ ਵਾਲਾ ਮੁੰਡਾ ਵੀ ਲੁਧਿਆਣੇ ਦਾ ਹੈ। ਤਾਂ ਲੁਧਿਆਣੇ ਦੇ ਬੱਚੇ ਪੂਰੇ ਪੰਜਾਬ ਦੇ ਵਿੱਚ ਛਾ ਰਹੇ ਨੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ, ਰਿਜ਼ਲਟ ਐਲਾਨਿਆ ਗਿਆ ਹੈ। 12ਵੀਂ ਦੇ ਵਿੱਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਟੌਪ ਕੀਤਾ ਹੈ। ਜੀ ਹਾਂ, ਫੁੱਲ ਵਟਾ ਫੁੱਲ ਨੰਬਰ ਲਏ ਨੇ ਮੁੰਡੇ ਨੇ, ਵਧਾਈਆਂ ਦਿਓ ਕਮੈਂਟ ਕਰਕੇ। ਏਕਮਪ੍ਰੀਤ ਸਿੰਘ ਨੇ ਟੌਪ ਕੀਤਾ ਹੈ। ਦੂਜੇ ਸਥਾਨ 'ਤੇ ਮੁਕਤਸਰ ਸਾਹਿਬ ਦਾ ਰਵੀ ਉਦੈ ਸਿੰਘ ਆਇਆ ਹੈ ਅਤੇ ਤੀਜੇ ਸਥਾਨ 'ਤੇ ਬਠਿੰਡਾ ਦਾ ਅਸ਼ਵਨੀ, ਜਿਸ ਨੂੰ ਇੱਕ ਨੰਬਰ, ਮਹਿਜ਼ ਇੱਕ ਨੰਬਰ ਘੱਟ ਮਿਲਿਆ। ਦੇਖ ਸਕਦੇ ਹੋ ਪਹਿਲੇ 3 ਥਾਵਾਂ 'ਤੇ ਕਿੰਨੀ ਫਸਵੀਂ ਟੱਕਰ ਸੀ। ਪਹਿਲੇ 2 ਸਥਾਨਾਂ 'ਤੇ ਆਉਣ ਵਾਲੇ ਮੁੰਡੇ 500 ਦੇ ਵਿੱਚੋਂ 500 ਨੰਬਰ ਲੈ ਕੇ ਆਏ ਨੇ, 100% ਅੰਕ ਲੈ ਕੇ ਆਏ ਨੇ, ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਮੁੰਡੇ ਦਾ ਸਿਰਫ ਇੱਕ ਨੰਬਰ ਘੱਟ ਸੀ, 499 ਨੰਬਰ ਲੈ ਕੇ ਆਏ 500 ਦੇ ਵਿੱਚੋਂ। ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲੇ ਸਥਾਨ 'ਤੇ ਆਉਣ ਵਾਲਾ ਮੁੰਡਾ BCM ਸਕੂਲ ਦਾ ਹੈ, ਲੁਧਿਆਣਾ ਦੇ ਪ੍ਰਾਈਵੇਟ ਸਕੂਲ ਹੈ, ਅਤੇ ਦੂਜੇ ਨੰਬਰ 'ਤੇ ਆਉਣ ਵਾਲਾ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦਾ ਮੁੰਡਾ ਹੈ ਜੋ ਕਿ ਮੁਕਤਸਰ ਸਾਹਿਬ ਦਾ ਹੈ, ਅਤੇ ਤੀਜੇ ਥਾਂ 'ਤੇ ਆਉਣ ਵਾਲਾ ਮੁੰਡਾ ਬਠਿੰਡੇ ਦਾ ਹੈ, ਇਹ ਵੀ ਸੀਨੀਅਰ ਸੈਕੰਡਰੀ ਸਕੂਲ ਦਾ ਹੀ ਹੈ, ਸਰਕਾਰੀ ਸਕੂਲ ਦਾ। ਪਹਿਲੇ ਸਥਾਨ 'ਤੇ ਆਉਣ ਵਾਲਾ ਮੁੰਡਾ ਪ੍ਰਾਈਵੇਟ ਸਕੂਲ ਤੋਂ ਅਤੇ 2 ਬਾਕੀ ਸਰਕਾਰੀ ਸਕੂਲਾਂ ਦੇ ਮੁੰਡੇ ਨੇ। ਤਾਂ ਗੱਲ ਕਰਦੇ ਹਾਂ 8ਵੀਂ ਦੀ, ਤਾਂ 8ਵੀਂ ਦੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ। 8ਵੀਂ ਦੇ ਨਤੀਜਿਆਂ ਦੇ ਵਿੱਚ ਪਹਿਲੇ 2 ਥਾਵਾਂ 'ਤੇ ਕੁੜੀਆਂ ਆਈਆਂ ਨੇ ਅਤੇ ਤੀਸਰੇ ਥਾਂ 'ਤੇ ਮੁੰਡਾ ਆਇਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਹਨਾਂ ਬੱਚਿਆਂ ਦੀ, ਜਿਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। ਪੂਰੇ ਸਾਲ ਇਹਨਾਂ ਨੇ ਮਿਹਨਤ ਕੀਤੀ ਸੀ ਰੱਜ ਕੇ, ਅਤੇ ਹੁਣ ਮਿਹਨਤ ਇਹਨਾਂ ਦੀ ਰੰਗ ਲਿਆਈ ਹੈ। ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ 8ਵੀਂ ਦੇ ਵਿੱਚ ਟੌਪ ਕੀਤਾ ਹੈ। ਦੂਜੇ ਥਾਂ 'ਤੇ ਗੁਰਲੀਨ ਕੌਰ ਆਈ ਹੈ ਅਤੇ ਤੀਜੇ ਸਥਾਨ 'ਤੇ ਅਰਮਾਨਦੀਪ। ਤੁਹਾਨੂੰ ਦੱਸ ਦਈਏ ਕਿ ਹਰਨੂਰਪ੍ਰੀਤ ਦੇ 100% ਅੰਕ ਆਏ ਨੇ। ਜੇ ਗੱਲ ਕਰਦੇ ਹਾਂ ਦੂਜੇ ਸਥਾਨ 'ਤੇ ਆਉਣ ਵਾਲੀ ਗੁਰਲੀਨ ਕੌਰ ਦੀ, ਤਾਂ ਮਹਿਜ਼ 34.34% ਨੰਬਰ ਘੱਟ ਹੈ, 99% ਨੰਬਰ ਆਏ ਨੇ, ਅਤੇ ਤੀਜੇ ਥਾਂ 'ਤੇ ਆਉਣ ਵਾਲੇ ਮੁੰਡੇ ਦੇ 99.50% ਨੰਬਰ ਆਏ ਨੇ। ਤਾਂ ਮਾਪਿਆਂ ਨੂੰ ਵਧਾਈਆਂ ਦਿਓ ਕਮੈਂਟ ਬਾਕਸ ਦੇ ਵਿੱਚ। 12ਵੀਂ ਨਤੀਜਿਆਂ ਦੇ ਵਿੱਚ ਮੁੰਡਿਆਂ ਨੇ ਟੌਪ ਕੀਤਾ ਇਸ ਵਾਰ। ਪਹਿਲੇ 3 ਥਾਵਾਂ 'ਤੇ, 3 ਥਾਵਾਂ 'ਤੇ ਮੁੰਡਿਆਂ ਨੇ ਬਾਜ਼ੀ ਮਾਰੀ ਹੈ। ਪਹਿਲੇ 'ਤੇ ਏਕਮਪ੍ਰੀਤ ਸਿੰਘ ਲੁਧਿਆਣੇ ਦਾ, 10ਵੀਂ ਦੇ ਨਤੀਜਿਆਂ ਦੇ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਸੀ, ਜਦ ਉਹ ਕੁੜੀ ਵੀ ਲੁਧਿਆਣੇ ਦੀ ਸੀ। ਤਾਂ ਲੁਧਿਆਣੇ ਦੇ ਬੱਚੇ ਟੌਪ ਕਰ ਰਹੇ ਨੇ। ਲੁਧਿਆਣੇ ਦਾ ਪਹਿਲੇ ਸਥਾਨ 'ਤੇ ਆਉਣ ਵਾਲਾ ਏਕਮਪ੍ਰੀਤ ਸਿੰਘ BCM ਸਕੂਲ ਦਾ ਹੈ, ਦੂਜੇ ਸਥਾਨ 'ਤੇ ਆਉਣ ਵਾਲਾ ਰਵੀ ਉਦੈ ਸਿੰਘ, ਜੋ ਕਿ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਦਾ ਦੱਸਿਆ ਜਾ ਰਿਹਾ, ਮਾਫ਼ ਕਰਨਾ, ਸ਼੍ਰੀ ਮੁਕਤਸਰ ਸਾਹਿਬ ਦਾ ਰਵੀ ਉਦੈ ਸਿੰਘ, ਅਤੇ ਤੀਜੇ ਸਥਾਨ 'ਤੇ ਆਉਣ ਵਾਲਾ ਬਠਿੰਡੇ ਦਾ ਗੱਭਰੂ ਅਸ਼ਵਨੀ ਸਿੰਘ। ਤਾਂ ਤਸਵੀਰਾਂ ਦਿਖਾ ਰਹੇ ਹਾਂ ਉਹ ਬੱਚਿਆਂ ਦੀ, ਜਿਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। 284,452 ਬੱਚਿਆਂ ਨੇ ਪੇਪਰ ਦਿੱਤਾ ਸੀ, ਜਿਨ੍ਹਾਂ ਦੇ ਵਿੱਚੋਂ 264,662 ਬੱਚੇ ਪ੍ਰੋਪਰ ਪਾਸ ਹੋਏ ਨੇ।